ਜਿੱਥੇ ਕਿਸਾਨਾਂ ਵੱਲੋਂ ਇੱਕ ਪਾਸੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨ ਨੂੰ ਲੈ ਕੇ ਧਰਨੇ ਦਿੱਤੇ ਜਾ ਰਹੇ ਹਨ, ਉੱਥੇ ਹੀ ਤਹਿਸੀਲ ਅਜਨਾਲਾ ਦੀ ਚੰਮਿਆਰੀ ਦਾਣਾ ਮੰਡੀ ਅੰਦਰ ਕਿਸਾਨ ਆਪਣਾ ਸੁੱਕਾ ਝੋਨਾ ਪਰਮਲ ਲੈ ਕੇ ਆ ਰਹੇ ਹਨ, ਪਰ ਸਰਕਾਰੀ ਖਰੀਦ ਨਹੀਂ ਹੋ ਰਹੀ। ਕਿਸਾਨਾਂ ਦਾ ਕਹਿਣਾ ਹੈ ਕਿ ਇੰਸਪੈਕਟਰ ਮੰਡੀ ਦੇ ਅੰਦਰ ਆਉਂਦਾ ਹੀ ਨਹੀਂ ਹੈ ਅਤੇ ਪ੍ਰਾਈਵੇਟ ਖਰੀਦਦਾਰ ਬਹੁਤ ਹੀ ਘੱਟ ਝੋਨੇ ਦਾ ਭਾਅ ਲਾ ਰਹੇ ਹਨ, ਜਿਸ ਦੇ ਚੱਲਦੇ ਕਿਸਾਨ ਪਰੇਸ਼ਾਨ ਹਨ। ਇਸ ਸੰਬੰਧੀ ਕਿਸਾਨਾਂ ਨੇ ਇਹ ਵੀ ਕਿਹਾ ਕਿ ਉਹ ਮੰਡੀ ਅੰਦਰ ਆਪਣਾ ਝੋਨਾ ਲੈ ਕੇ ਆਏ ਹਨ, ਪਰ ਸਰਕਾਰੀ ਖਰੀਦ ਨਹੀਂ ਹੋ ਰਹੀ। ਮੰਡੀਆਂ ਅੰਦਰ ਉਹ ਖੱਜਲ ਖੁਆਰ ਹੋ ਰਹੇ ਹਨ ਤੇ ਸੁਣਵਾਈ ਵੀ ਕੋਈ ਨਹੀਂ ਹੋ ਰਹੀ। ਸਾਨੂੰ ਚਮਿਆਰੀ ਪਿੰਡ ਆ, ਸਤਨਾਮ ਸਿੰਘ ਨਾਮ ਆ, 10 ਕਿੱਲਿਆਂ ਮਾਲ ਸੁੱਟਿਆ ਵਾ ਅਤੇ ਚੁੱਕਣ ਡਏ ਨਹੀਂ ਜੀ। ਪਹਿਲਾਂ ਤਾਂ ਸਕਾਗ ਵਢਾ, ਉਹਨੇ ਸਕਾਗ ਵਢਾਇਆ, ਹੁਣ 10-12 ਮੋਚਰ ਆਉਣ ਡਿਆ, ਇਹ ਵੀ ਚੁੱਕਣ ਡਏ। ਉਦੋਂ ਤਾਂ ਅਸੀਂ ਰੋਲਣ ਡਏ ਹਾਂ, ਮੰਡੀਆਂ ਦੇ ਵਿੱਚ ਬੈਠੇ ਹਾਂ, ਕੋਈ ਸੁਣਵਾਈ ਨਹੀਂ ਹੋ ਰਹੀ। ਕਿੰਨੇ ਕਿੱਲਿਆਂ ਦਾ ਸਮਾਨ ਲੈ ਜੀ? ਇਹ 10 ਕਿੱਲਿਆਂ ਦਾ ਮਾਲ ਪਿਆ ਜੀ। ਕੀ ਕਹਿੰਦੇ ਤੁਹਾਨੂੰ ਜੀ? ਕਹਿੰਦੇ ਆ ਵੀ ਕਦੀ ਅੱਜ ਆਉਂਦੀ ਨਾ ਭਲਕਿਆ, ਇਹਨੇ ਨਾ ਇੰਸਪੈਕਟਰ ਜੀ ਆਉਂਦਾ ਨਾ ਉਹ ਗਾਰ ਦੇਣਾ ਆਉਣ ਡਿਆ। ਪ੍ਰਾਈਵੇਟ ਚੁੱਕਦੇ? ਪ੍ਰਾਈਵੇਟ ਚੁੱਕਦੇ ਉਹ ਸੋਲੀ ਚੁੱਕਦੇ ਆ, 1600 ਰੁਪਈਆ ਦੇਣ ਡਿਆ, 1500-1600। ਕਿੰਨਾ ਨੁਕਸਾਨ ਦੋ? ਨੁਕਸਾਨ ਤਾਂ ਸਾਡਾ ਲਾ ਲਓ 70-80 ਹਜ਼ਾਰ ਦਾ ਨੁਕਸਾਨ ਜ਼ਿਆਦਾ ਜੀ। 10 ਕਿੱਲਿਆਂ ਦਾ ਮਾਲ ਆ, 10 ਕਿੱਲੇ। ਮੰਗ ਕੀ ਕਰਦੇ? ਮੰਗ ਅਸੀਂ ਕਰਦੇ ਵੀ ਜੋ ਗੌਰਮੈਂਟ ਦੇ ਸਰਕਾਰੀ ਰੇਟ ਵਧਾ ਸਾਨੂੰ ਜੁੜੇ। ਪਿੰਡ ਦਿਆਲਪੁਰਾ, ਕੁਲਦੀਪ ਸਿੰਘ ਨਾਂ ਆ। 15 ਦਿਨ 10 ਦਿਨ ਹੋ ਗਏ ਆ ਝੋਨਾ ਲਿਆਉਂਦੇ ਨੂੰ, ਬੋਰੀਆਂ 'ਚ ਵੀ ਪਿਆ ਵਾ, ਇਸ ਤਰ੍ਹਾਂ ਵੀ ਖਰਾਬ ਹੋਣ ਡਿਆ, ਬਹੁਤ ਮੁਸ਼ਕਲ ਆਉਣ ਡਈ। ਕੈਪਟਨ ਸਾਹਿਬ ਤਾਂ ਬਿਆਨ ਦੇਈ ਜਾਂਦੇ ਆ ਵੀ ਦਾਣਾ ਚੁੱਕਾਂਗੇ। ਸਰਦਾਰ ਹਰਪ੍ਰਤਾਪ ਸਿੰਘ ਵੀ ਨਾਲਾ, ਉਹ ਵੀ ਕਹਿ ਰਿਹਾ ਵੀ ਦਾਣਾ ਚੁੱਕਾਂਗੇ, ਪਰ ਕੋਈ ਇੱਥੇ ਨਹੀਂ ਪਹੁੰਚ ਰਿਹਾ ਖਰੀਦਦਾਰ। ਬਹੁਤ ਮੁਸ਼ਕਲ ਆ ਰਹੀ ਹੈ। ਮੰਗ ਕੀ ਕਰਦੇ? ਮੰਗ ਇਹੋ ਪ੍ਰਸ਼ਾਸਨ ਕੋਲ ਕਰਦੇ ਹਾਂ ਵੀ ਸਾਡਾ ਦਾਣਾ ਚੁੱਕਿਆ ਜਾਵੇ। ਇਸ ਸੰਬੰਧੀ ਆੜ੍ਹਤੀਆਂ ਨੇ ਕਿਹਾ ਕਿ ਪਰਮਲ ਆਉਣੀ ਸ਼ੁਰੂ ਹੋ ਗਈ ਹੈ, ਪਰ ਇੰਸਪੈਕਟਰ ਮੰਡੀ ਅੰਦਰ ਆਉਂਦਾ ਹੀ ਨਹੀਂ ਹੈ। ਉਹਨਾਂ ਕਿਹਾ ਕਿ ਸਰਕਾਰ ਇਹਨਾਂ 'ਤੇ ਕਾਰਵਾਈ ਕਰੇ ਤਾਂ ਕਿ ਇਹ ਮੰਡੀ ਅੰਦਰ ਆ ਕੇ ਝੋਨੇ ਦੀ ਖਰੀਦ ਸ਼ੁਰੂ ਕਰਨ। ਹਾਂ, ਮੇਰਾ ਜਰਨੈਲ ਸਿੰਘ ਹੈ ਜੀ। ਕੀ ਮੁਸ਼ਕਲ ਆ ਰਹੀ ਹੈ? ਮੁਸ਼ਕਲ ਇਹੋ ਹੀ ਆ ਵੀ ਗੌਰਮੈਂਟ ਦਾ ਮਾਲ ਪਰਮਲ ਜਿਹੜੀ ਆਉਣੀ ਸ਼ੁਰੂ ਹੋ ਗਈ ਆ ਅਤੇ ਇੰਸਪੈਕਟਰ ਮੰਡੀ 'ਚ ਵੜਦਾ ਹੀ ਨਹੀਂ, ਨਾ ਬਾਰਦਣਾ ਆ ਨਾ ਕੋਈ ਖਰੀਦ ਹੈ, ਬਿਲਕੁਲ ਹੀ ਠਾਪਿਆ ਕੰਮ ਮਾਲ ਆਇਆ ਪਿਆ। ਪ੍ਰਾਈਵੇਟ ਖਰੀਦਦਾਰ ਕੀ ਕਹਿੰਦੇ ਆ? ਪ੍ਰਾਈਵੇਟ ਖਰੀਦਦਾਰ 250-300 ਰੁਪਈਏ ਘੱਟ ਤੇ ਆਉਂਦੇ ਚੁੱਕਾਂਗੇ। ਲੁੱਟਣ ਦੇ ਕੀ ਲੱਗਦਾ ਵਾ? ਮਿਲੀ ਭੁਗਤ ਕਰਕੇ ਹੋ ਰਿਹਾ? ਨਹੀਂ, ਇਹ ਗੌਰਮੈਂਟ ਨਾਲ ਉਹਦੇ ਉਹਨਾਂ ਕਰਿੰਦਿਆਂ ਨਾਲ ਹੋਵੇ, ਇੰਸਪੈਕਟਰਾਂ ਨਾਲ ਵੱਖਰੀ ਗੱਲ ਆ, ਬਾਕੀ ਗੌਰਮੈਂਟ ਨੂੰ ਕੀ ਇਹਦਾ ਪਤਾ? ਉਹ ਤਾਂ ਉੱਤੇ ਬੈਠੇ ਆ, ਉਹਨਾਂ 'ਤੇ ਆਖਿਆ ਦਾਣਾ ਚੁੱਕੋ। ਪਰ ਕੈਪਟਨ ਸਰਕਾਰ ਤਾਂ ਕਹਿੰਦੀ ਸਾਰੇ ਦਾਣੇ ਚੁੱਕੇ ਜਾਣਗੇ। ਹਾਂ, ਉਹ ਤਾਂ ਆਉਂਦੇ ਦਾਣਾ ਚੁੱਕਾਂਗੇ, ਅੱਗੋਂ ਖਰੀਦਦੇ ਨਹੀਂ। ਕੀ ਮੰਗ ਕਰਦੇ ਜੋ? ਅਸੀਂ ਮੰਗ ਇਹ ਕਰਦੇ ਹਾਂ ਵੀ ਸਰਕਾਰ ਇਹਨਾਂ ਨੂੰ ਕੱਸੇ, ਨਾਲ ਕੋਈ ਵੱਡੇ ਅਫਸਰ ਇਸ ਮੰਡੀ 'ਚ ਭੇਜੇ, ਇਹਨਾਂ ਨੂੰ ਆਖੇ ਵੀ ਮਾਲ ਖਰੀਦੋ, ਕਿਉਂ ਨਹੀਂ ਖਰੀਦਦੇ, ਕੀ ਨੁਕਸ ਆ ਇਹਦੇ 'ਚ? ਸਰਕਾਰੀ ਖਰੀਦ ਹੋ ਹੀ ਨਹੀਂ ਰਹੀ, ਇੰਸਪੈਕਟਰ ਮੰਡੀ 'ਚ ਨਹੀਂ ਆ ਰਿਹਾ, ਉਹ ਹੋਰ ਕੰਮ ਕੋਈ ਨਹੀਂ ਹੋ ਰਿਹਾ, ਪਿਛਲੀਆਂ ਲੇਬਰ ਦਾਮੀਆਂ ਨਹੀਂ ਮਿਲ ਰਹੀਆਂ। ਨਾ ਇੱਥੇ ਅਜੇ ਤੱਕ ਕੋਈ ਬਾਰਦਾ ਨਹੀਂ ਆਇਆ, ਨਾ ਕਦੀ ਇੰਸਪੈਕਟਰ ਹੀ ਫੇਰਾ ਮਾਰਦਾ ਇੱਥੇ ਮੰਡੀ ਦੇ ਵਿੱਚ, ਆ ਵੇਖ ਲਓ ਦਲੇ ਕਿੱਦਾਂ ਲੱਗੇ ਆ। ਇੰਸਪੈਕਟਰ ਨੂੰ ਕੀ ਟੀਮ ਸੱਦਿਆ ਨਹੀਂ, ਬੁਲਾਇਆ ਨਹੀਂ ਜਾਂਦਾ? ਬੜੀ ਇਹਦਾ ਸੱਦਿਆ ਆਉਂਦੇ ਜੀ, ਕਰਨੇ ਆ ਖਰੀਦਣੇ ਆ, ਖਰੀਦੀਆਂ ਦੇਣੀਆਂ ਵੀ ਜਿਹੜੀਆਂ ਉਹ ਕੈਂਸਲ ਕਰ ਗਿਆ ਉਹ। ਕੀ ਮੰਗ ਕਰਦੇ? ਮੰਗ ਕਰਨੇ ਵੀ ਸਰਕਾਰ ਆਪਣਾ ਵਾਅਦਾ ਪੂਰਾ ਕਰੇ ਅਤੇ ਆਪਣਾ ਖਰੀਦ ਕਰੇ। ਪ੍ਰਾਈਵੇਟ ਖਰੀਦਦਾਰ ਕੀ ਭਾਅ ਚੁੱਕਦੇ? ਪ੍ਰਾਈਵੇਟ ਖਰੀਦ ਕਾਹਦੀ ਹੈ ਜੀ, ਕੋਈ 1600-1700 ਭਾਅ ਲੱਗਣ ਡਿਆ, ਕੋਈ ਭਾਅ ਥੋੜ੍ਹੇ ਹੈਗੇ ਆ, ਘੱਟ ਭਾਅ ਨੇ, ਜ਼ਿਮੀਦਾਰ ਦਾ ਕੀ ਮਰਿਆ ਪਿਆ ਨੇ। ਇਸ ਸੰਬੰਧ 'ਚ ਜਦ SDM ਅਜਨਾਲਾ ਡਾਕਟਰ ਦੀਪਕ ਭਾਟੀਆ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਇਸ ਸੰਬੰਧੀ ਉਹਨਾਂ ਅਧਿਕਾਰੀ ਨਾਲ ਗੱਲਬਾਤ ਕਰ ਲਈ ਹੈ ਅਤੇ ਜਲਦ ਹੀ ਝੋਨੇ ਦੀ ਖਰੀਦ ਸ਼ੁਰੂ ਕਰ ਦਿੱਤੀ ਜਾਵੇਗੀ। ਮੇਰੀ ਮੰਡੀ ਜਿਹੜੀ ਸਰਕਾਰੀ ਖਰੀਦ ਦੀ ਪ੍ਰੋਬਲਮ ਆ ਰਹੀ ਸੀ, ਉਹਦੇ ਬਾਰੇ ਸੈਕਟਰੀ ਮਾਰਕੀਟ ਕਮੇਟੀ ਦਾ ਕੰਸਰਨ ਜਿਹੜੀ ਏਜੰਸੀ ਉਹਨਾਂ ਨਾਲ ਗੱਲ ਹੋ ਗਈ ਹੈ, ਕਿਸੇ ਤਰੀਕੇ ਦੀ ਕੋਈ ਪ੍ਰੋਬਲਮ ਨਹੀਂ ਆਏਗੀ ਜੀ ਖਰੀਦ ਦੇ ਵਿੱਚ, ਉੱਥੇ ਅੱਜ ਹੀ ਖਰੀਦ ਸ਼ੁਰੂ ਹੋ ਗਈ ਦੀ ਹੈ ਜਦ ਸਰਕਾਰ ਦੀ ਹਦਾਇਤਾਂ ਦੇ ਮੁਤਾਬਕ। ਅਤੇ ਜੇ ਕਿਸੇ ਤਰ੍ਹਾਂ ਦੀ ਕੋਈ ਕਿਸੇ ਵੀ ਕਿਸਾਨ ਨੂੰ ਤਕਲੀਫ ਆਉਂਦੀ ਹੈ ਤਾਂ ਉਹ ਪ੍ਰਸ਼ਾਸਨ ਨਾਲ ਸੰਪਰਕ ਕਰ ਸਕਦਾ ਹੈ। ਜਿਹੜੀ ਪਹਿਲਾਂ ਸ਼ੁਰੂ ਨਹੀਂ ਹੋਈ, ਪਿੱਛੇ ਕਿਉਂ ਨਹੀਂ ਸ਼ੁਰੂ ਹੋਈ, ਉਹਦੀ ਜਾਂਚ ਕੀਤੀ ਜਾਏਗੀ। ਉਹ ਥੋੜ੍ਹਾ ਜਿਹਾ ਲਿੰਕੇਜ ਦਾ ਇਸ਼ੂ ਸੀਗਾ, ਕੁਝ ਜ਼ਿਆਦਾ ਮਾਲ ਵੀ ਨਹੀਂ ਸੀਗਾ ਉੱਥੇ, ਅੱਜ ਉੱਥੇ ਇੰਸਟਰਕਟਰ ਹੈਗਾ, ਉਹ ਖਰੀਦ ਹੋ ਰਹੀ ਹੈ, ਮੈਂ ਪਤਾ ਕਰ ਲਿਆ। ਪ੍ਰਾਈਮ ਮੁੱਦਲੀ ਅਜਨਾਲਾ ਤੋਂ ਜਗਜੀਤ ਸਿੰਘ ਜੱਗਾ ਦੀ ਰਿਪੋਰਟ।